ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਆ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ। ਕਹਿੰਦੇ ਆਪਾਂ ਜ਼ਿਆਦਾਤਰ ਇੱਦਾਂ ਅਰਥ ਕਰਦੇ ਨਾ ਕਿ ਇਨਸਾਨ ਮਰਦਾ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਕਈ ਕੰਮ ਸਵਾਰਦਾ, ਕਈ ਕਾਜ ਸਵਾਰਦਾ। ਪਰ ਜੇ ਆਪਾਂ ਹੁਣ ਸੋਚੀਏ ਕਹਿਣਾ ਵੀ ਇੱਦਾਂ ਕਿੱਦਾਂ ਹੋ ਸਕਦਾ, ਗੁਰਬਾਣੀ ਗਲਤ ਨਹੀਂ ਹੋ ਸਕਦੀ ਮਹਾਰਾਜ ਜੀ ਦੀ। ਅਤੇ ਮਹਾਰਾਜ ਕਹਿੰਦੇ ਇਨਸਾਨ ਮਰਨ ਤੋਂ ਬਾਅਦ ਕੰਮ ਨਹੀਂ ਆਉਂਦਾ, ਅਤੇ ਇਹਦੀਆਂ ਤਾਂ ਅੱਖਾਂ ਵੀ ਕੰਮ ਆਉਂਦੀਆਂ, ਇਹਦਾ ਤਾਂ ਹਾਰਟ ਵੀ ਕੰਮ ਆਉਂਦਾ, ਕਿੰਨੇ ਆਪਣੇ ਸਰੀਰ ਦੇ ਅੰਗ ਕੰਮ ਆ ਜਾਂਦੇ ਆ। ਅਤੇ ਇੱਦਾਂ ਹੀ ਅਸਲ ਵਿੱਚ ਜਦੋਂ ਆਪਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਨਾ, ਉਹ ਫਿਰ ਸਮਝਾਉਂਦੇ ਕਹਿੰਦੇ ਪਿਆਰਿਆ ਇਹਦੇ ਅਰਥ ਜਿਹੜੇ ਅੰਤਰੀਬ ਹੋ ਰਿਹਾ, ਇਹ ਅਸੀਂ ਉੱਪਰੋਂ ਉੱਪਰੋਂ ਕਰ ਲਈਦੇ। ਨਰੂ ਮਰੈ ਦਾ ਅਰਥ ਆ ਇਨਸਾਨੀਅਤ ਜਦੋਂ ਮਰਦੀ ਸਾਡੇ ਅੰਦਰੋਂ। ਇਹ ਪਸ਼ੂ ਦੀ ਨਹੀਂ ਗੱਲ ਕੀਤੀ, ਇਹ ਇਨਸਾਨ ਦੇ ਅੰਦਰ ਦੀ ਹੀ ਗੱਲ ਕੀਤੀ ਆ। ਨਰੂ ਮਰੈ ਇਨਸਾਨ ਦੇ ਅੰਦਰੋਂ ਜਦੋਂ ਇਨਸਾਨੀਅਤ ਮਰ ਗਈ, ਨਰ ਕਾਮਨਾ ਵੇ, ਉਹ ਇਨਸਾਨ ਮਰਨ ਦੀ ਤਾਂ ਗੱਲ ਛੱਡੋ, ਉਹ ਜਿਉਂਦਾ ਕਿਸੇ ਕੰਮ ਦਾ ਹੀ ਨਹੀਂ। ਜਿਹਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ, ਉਹ ਕਿਸੇ ਦਾ ਭਲਾ ਕਰ ਦੂ? ਜਿਹਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ, ਉਹ ਕਿਸੇ 'ਤੇ ਉਹਨੂੰ ਦਇਆ ਆਊ? ਜਿਹਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ, ਉਹ ਭਲੇ ਵੱਲੋਂ ਤੁਰ ਪਊ, ਚੰਗੇ ਕੰਮ ਵੱਲੋਂ ਤੁਰ ਪਊ, ਚੰਗੇ ਕੰਮ ਲਈ ਹੱਥ ਵਟਾ ਦੂ? ਨਹੀਂ। ਨਰੂ ਮਰੈ ਨਰ ਕਾਮ ਨਾ ਆਵੇ, ਇਨਸਾਨ ਅੰਦਰੋਂ ਇਨਸਾਨੀਅਤ ਮਰ ਗਈ, ਉਹ ਜਿਉਂਦਾ ਹੀ ਕਿਸੇ ਕੰਮ ਦਾ ਨਹੀਂ, ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰੈ ਦਸ ਕਾਜ ਸਵਾਰੇ, ਅਤੇ ਉਸ ਹੀ ਇਨਸਾਨ ਅੰਦਰੋਂ ਜੇ ਪਸ਼ੂਆਂ ਵਾਲੀ ਬਿਰਤੀ ਮਰ ਜਾਵੇ, ਤਾਂ ਉਹ ਜਿਉਂਦਾ ਹੀ ਪਤਾ ਹੀ ਨਹੀਂ ਕਿੰਨਿਆਂ ਦੇ ਕੰਮ ਸਵਾਰਦਾ।